ਬ੍ਰਦਰ ਵਾਲਮੀਕੀ ਜਨਮ ਦਿਹਾੜਾ ਚੋਰਾਂ ਦੇ ਲਈ ਕਾਫੀ ਫਾਇਦੇਮੰਦ ਰਿਹਾ। ਵਾਲਮੀਕੀ ਜਨਮ ਦਿਹਾੜੇ ਤੇ ਵਾਲਮੀਕੀ ਸਮਾਜ ਨੇ ਜਲੰਧਰ ਦੇ ਸਾਰੇ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਸੀ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਰਾਤ ਨੂੰ ਚੋਰਾਂ ਦੀ ਇਸ ਉੱਤੇ ਨਜ਼ਰ ਰੱਖੀ ਹੋਈ ਹੈ। ਰਾਤ ਹੁੰਦੇ ਹੀ ਚੋਰਾਂ ਨੇ ਜਲੰਧਰ ਦੇ ਹੁਸ਼ਿਆਰਪੁਰ ਰੋਡ ਤੇ ਬਣੇ ਸ਼ੇਖੇ ਪਿੰਡ ਦੇ ਸ਼ਰਾਬ ਦੇ ਠੇਕੇ ਤੇ ਹੱਥ ਸਾਫ਼ ਕਰ ਦਿੱਤਾ, ਜਿਸ ਦੀ ਖਬਰ ਲੋਕਾਂ ਨੇ ਠੇਕੇ ਤੇ ਕੰਮ ਕਰਨ ਵਾਲੇ ਅਮਰਜੀਤ ਸਿੰਘ ਨੂੰ ਦਿੱਤੀ। ਜਦ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਵੇਖਿਆ ਤਾਂ ਠੇਕੇ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਅੰਦਰ ਤੋਂ 2 ਲੱਖ ਰੁਪਏ ਦੇ ਕਰੀਬ ਸ਼ਰਾਬ ਚੋਰੀ ਹੋ ਗਈ ਸੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਤਾ ਨਹੀਂ ਯਾਰ, ਹੱਥੇ ਵਾਲੇ ਮੈਨੂੰ ਫੋਨ ਕੀਤਾ ਕਿ ਤੁਹਾਡੇ ਤਾਲੇ ਟੁੱਟੇ ਆ, ਫਿਰ ਮੈਂ ਮੋਟਰਸਾਈਕਲ ਲੈ ਕੇ ਆ ਗਿਆ, ਦੇਖਿਆ ਤਾਲੇ ਟੁੱਟੇ ਹੀ ਆਉਂਦੇ ਨੇ। ਅਸੀਂ ਅੰਦਰ ਨਹੀਂ ਵੜੇ, ਫਿਰ ਆਪਣੇ GM ਸਾਹਿਬ ਨੂੰ ਫੋਨ ਕੀਤਾ ਅਤੇ ਉਹ ਆਏ ਆ, ਫਿਰ ਲੈਣ ਵਾਲੇ ਆਏ, ਫਿਰ ਉਹਨਾਂ ਨੇ ਆਪਣਾ ਹਿਸਾਬ ਸੂਬ ਗਿਣਿਆ ਅਤੇ 2 ਲੱਖ ਦੇ ਕਰੀਬ ਚੋਰੀ। ਅਤੇ ਸਰ ਬੰਦੇ ਪਹਿਚਾਣ 'ਚ ਆਏ ਕੋਈ ਤੁਹਾਡੇ ਜਿਹੜੇ ਬੰਦੇ? ਨਹੀਂ ਸਰ, ਉਹ ਕੈਮਰਾ ਕੁਮਰਾ ਸਾਰਾ ਲੈ ਕੇ ਪੁੱਟ ਕੇ ਨਾਲ ਹੀ। ਅਤੇ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਇਹ 1,99,720 ਰੁਪਏ ਦਾ ਹੈ। ਸਰ ਫੋਨ ਹੈਗਾ ਵੀ ਲੁਧਿਆਣੇ ਰੋਡ 'ਤੇ ਜਿਹੜਾ ਠੇਕਾ ਉਹ ਤੁਰਟ ਕੇ 4 ਦਿਨ ਚਰਕੇ ਲੈ ਗਿਆ, ਜਦੋਂ ਅਸੀਂ ਮੌਕੇ 'ਤੇ ਪਹੁੰਚੇ ਹਾਂ ਤਾਂ ਬਾਹਰ ਜਿਹੜਾ ਗਿਰੇ ਨੇ ਲੱਗੀ ਸੀ ਉਹ ਵੀ ਤੋੜੀ ਹੋਈ ਹੈ, ਅਤੇ ਸ਼ਟਰ ਤੋੜ ਕੇ ਅਤੇ ਅੰਦਰੋਂ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਵਿੱਚ ਰੱਖਣੀਆਂ ਪਈਆਂ ਸੀ ਉਹ ਕਾਫੀ ਸਮਾਨ ਮਤਲਬ ਚੋਰੀ ਕਰਕੇ ਲੈ ਗਏ ਸਰ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.